ਬਿਲਕੁਲ ਸਥਿਰ ਹੈ, ਸਟੇਬਲ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਡਿਸਚਾਰਜ ਲੈ ਕੇ ਅੱਜ ਆਪਣੀ ਰਿਹਾਇਸ਼ ਵੱਲ ਨੂੰ ਹੋ ਗਏ ਨੇ। ਬਿਲਕੁਲ, ਕਿਹੜੇ ਕਿਹੜੇ ਲੀਡਰ ਇਸ ਸਮੇਂ ਦੇ ਉੱਤੇ ਨਾਲ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਦੇ, ਸਾਹਿਲ? ਜੇਕਰ ਇਸ ਵਕਤ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਕੁਛ ਸਮੇਂ ਪਹਿਲਾਂ ਉਹਨਾਂ ਨੂੰ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹ ਮਿਲ ਕੇ ਗਏ, ਹਰਪਾਲ ਚੀਮਾ ਉਹਨਾਂ ਨੂੰ ਮਿਲ ਕੇ ਗਏ, ਹਰਜੋਤ ਬੈਂਸ ਉਹ ਉਹਨਾਂ ਨੂੰ ਮਿਲ ਕੇ ਗਏ ਨੇ, ਉਸ ਤੋਂ ਪਹਿਲਾਂ ਕਾਂਗਰਸ ਦੇ ਲੀਡਰ ਪ੍ਰਗਟ ਸਿੰਘ ਉਹਨਾਂ ਨੂੰ ਮਿਲ ਕੇ ਗਏ, ਹੋਰ ਵੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਇੱਥੇ ਮੌਜੂਦ ਸੀਗੇ, ਡਾਕਟਰ ਚਰਨਜੀਤ ਸਿੰਘ ਜਿਹੜੇ ਨੇ ਜੋ ਕਿ ਵਿਧਾਇਕ ਨੇ ਉਹ ਇੱਥੇ ਮੌਜੂਦ ਸੀਗੇ। ਸੋ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਖਾਸੇ ਵੱਡੇ ਲੀਡਰ ਜਿਹੜੇ ਨੇ ਉਹ ਆ ਕੇ ਜਿਹੜਾ ਕੁਝ ਸਮੇਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਮਿਲੇ, ਜਿਸ ਤੋਂ ਬਾਅਦ ਹਰਪਾਲ ਚੀਮਾ ਹਰਾਂ ਨੇ ਵੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਰਸੇ ਦੇ ਤੌਰ ਦੇ ਉੱਤੇ ਦੱਸਿਆ ਕਿ ਡਿਸਚਾਰਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਸਮੇਂ ਦੇ ਵਿੱਚ ਮਿਲ ਜਾਏਗਾ, ਜਿਸ ਤੋਂ ਕੁਝ ਸਮੇਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਡਿਸਚਾਰਜ ਦਿੱਤਾ ਗਿਆ। ਔਰ ਤਸਵੀਰਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗੱਡੀਆਂ ਦੇ ਕਾਫਲੇ ਦੇ ਵਿੱਚ ਬੈਠ ਕੇ ਜਿਹੜੇ ਨੇ ਉਹ ਮੁੱਖ ਮੰਤਰੀ ਰਿਹਾਇਸ਼ ਵੱਲ ਨੂੰ ਰਵਾਨਾ ਹੋਏ। ਬਿਲਕੁਲ ਸਾਹਿਲ, ਇਸ ਬਾਬਤ ਕੋਈ ਜਾਣਕਾਰੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਅੱਗੇ ਕਿਸ ਤਰੀਕੇ ਦੀ ਸਰਗਰਮੀ ਰਹਿਣੀ ਹੈ? ਕਿਉਂਕਿ ਹਾਲਾਂਕਿ ਹੁਣ ਤਾਂ ਛੁੱਟੀ ਹਲੇ ਹੋਈ ਹੈ, ਪਰ ਇਹ ਦੇਖਣ ਦੇ ਲਈ ਮਿਲ ਰਿਹਾ ਸੀ ਜਿਸ ਤਰੀਕੇ ਪਟਿਆਲਾ ਲਾਅ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸੀ, ਉਹਨਾਂ ਨਾਲ ਵੀ ਮੁੱਖ ਮੰਤਰੀ ਨੇ ਹਸਪਤਾਲ ਤੋਂ ਹੀ ਫੋਨ ਦੇ ਉੱਤੇ ਗੱਲ ਕੀਤੀ ਸੀ, ਯਾਨੀ ਕਿ ਸਰਗਰਮ ਜਿਹੜਾ ਹੈ ਉਸ ਸਮੇਂ ਦੇ ਉੱਤੇ ਵੀ ਨਜ਼ਰ ਆ ਰਹੇ ਸੀ ਮੁੱਖ ਮੰਤਰੀ, ਤਾਂ ਹੁਣ ਵੀ ਕੀ ਉਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਵੱਲੋਂ ਦੀ ਫੋਨ ਦੇ ਉੱਤੇ ਜਾਂ ਫਿਰ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਨਜ਼ਰ ਜਿਹੜੀ ਹੈ ਉਹ ਰਹਿ ਰਹੀ ਹੈ? ਬਿਲਕੁਲ, ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰੀਕੇ ਨਾਲ ਹਰਪਾਲ ਚੀਮਾ ਨੇ ਵੀ ਜ਼ਿਕਰ ਕੀਤਾ ਕਿ ਕੋਈ ਫਾਈਨੈਂਸ ਦੀ ਫਾਈਲ ਹੁੰਦੀ ਸੀਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚ ਮੰਗਵਾ ਲੈਂਦੇ ਸੀਗੇ ਤਾਂ ਹਸਪਤਾਲ 'ਚ ਬੈਠ ਕੇ ਕੰਮ ਕਰ ਰਹੇ ਸੀਗੇ, ਤੇ ਹੁਣ ਇਹ ਹੋ ਸਕਦਾ ਕਿ ਹਾਲੇ ਕਿਉਂਕਿ ਹਾਲੇ ਹੁਣੇ ਡਿਸਚਾਰਜ ਮਿਲਿਆ, ਹਾਲਤ ਸਥਿਰ ਹੋਈ ਹੈ, ਹੋ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਫ਼ਤਰ ਤੋਂ ਜਾਂ ਆਪਣੀ ਰਿਹਾਇਸ਼ ਤੋਂ ਜਿਹੜਾ ਹੈ ਜਿਹੜੇ ਪੰਜਾਬ ਦੇ ਜ਼ਰੂਰੀ ਕੰਮ ਹੈਗੇ ਨੇ, ਜਿਹੜੀਆਂ ਜ਼ਰੂਰੀ ਫਾਈਲਾਂ ਹੈਗੀਆਂ ਨੇ ਉਸ ਦਾ ਜਿਹੜਾ ਕੰਮ ਉਹ ਆਪਣੀ ਰਿਹਾਇਸ਼ ਤੋਂ ਕਰਨ, ਪਰ ਦੇਖਣਾ ਇਹ ਹੋਏਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਫੀਲਡ ਦੇ ਵਿੱਚ ਕਦੋਂ ਉਤਰਦੇ ਨੇ, ਕਿਉਂਕਿ ਮੁੱਖ ਮੰਤਰੀ ਭਗਵੰਤ ਦਾ ਲਗਾਤਾਰ ਇਹ ਗੱਲ ਕਹਿੰਦੇ ਨੇ ਕਿ ਕੋਈ ਵੀ ਕੰਮ ਜਿਹੜਾ ਆਮ ਆਦਮੀ ਪਾਰਟੀ ਕਰਦੀ ਉਹ ਫੀਲਡ ਵਿੱਚ ਉਤਰ ਕੇ ਕਰਦੀ ਹੈ। ਸੋ ਹੁਣ ਦੇਖਣਾ ਇਹ ਹੋਏਗਾ ਕਿ ਕਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਫੀਲਡ ਵਿੱਚ ਉਤਰ ਕੇ ਜਿਹੜਾ ਲੋਕਾਂ ਦੇ ਮੁਖਾਤਬ ਹੁੰਦੇ ਨੇ, ਕਿਉਂਕਿ ਹਰਿਆਣਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਇਸ ਵਕਤ ਸਿਰ ਦੇ ਉੱਤੇ ਨੇ। ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਆਪਣੀ 90 ਦੀ 90 ਸੀਟਾਂ ਦੇ ਉੱਤੇ ਜਿਹੜੀ ਹੈ ਉਮੀਦਵਾਰੀ ਜਿਹੜੀ ਉਹ ਪੇਸ਼ ਕਰ ਚੁੱਕੀ ਹੋਈ ਹੈ। ਸੋ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀਆਂ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਹੋਏ ਨਜ਼ਰ ਆਣਗੇ, ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਹੋਏਗਾ ਔਰ ਪੰਜਾਬ ਦੇ ਕੰਮ ਵੀ ਕਰਨੇ ਹੋਣਗੇ, ਹਰਿਆਣਾ ਚੋਣਾਂ ਦੇ ਵਿੱਚ ਜਾ ਕੇ ਵੀ ਪ੍ਰਚਾਰ ਕਰਨਾ ਹੋਏਗਾ। ਸੋ ਇਹ ਕਿਤੇ ਨਾ ਕਿਤੇ ਇੱਕ ਵੱਡੀ ਚੁਣੌਤੀ ਜਿਹੜੀ ਉਹ ਜ਼ਰੂਰ ਹੈਗੀ, ਔਰ ਚੁਣੌਤੀ ਕਿਸ ਤਰੀਕੇ ਪਾਰ ਕਰਦੇ ਨੇ ਮੁੱਖ ਮੰਤਰੀ ਇਹ ਜ਼ਰੂਰ ਦੇਖਣ ਯੋਗ ਹੋਏਗਾ, ਕਿਉਂਕਿ ਅੱਜ ਹੀ ਡਿਸਚਾਰਜ ਮਿਲਿਆ ਔਰ ਇਸ ਤੋਂ ਬਾਅਦ ਕਿੰਨੀ ਕੁ ਰੈਸਟ ਜਿਹੜੀ ਹੈ ਡਾਕਟਰਸ ਵੱਲੋਂ ਕਹੀ ਗਈ ਹੈ, ਇਹ ਹੋ ਸਕਦਾ ਕੁਛ ਹੀ ਸਮੇਂ ਤੱਕ ਬੁਲਟਨ ਦੇ ਵਿੱਚ ਵੀ ਜਿਹੜਾ ਇਸ ਨੂੰ ਦੱਸਿਆ ਜਾਵੇ। ਬਿਲਕੁਲ, ਜ਼ਾਹਰ ਤੇ ਪੰਚਾਇਤੀ ਚੋਣਾਂ ਵੀ ਸਾਹਿਲ ਸਿਰ ਦੇ ਉੱਤੇ ਨੇ ਔਰ ਆਮ ਆਦਮੀ ਪਾਰਟੀ ਦੇ ਲਈ ਵੀ ਜ਼ਾਹਰ ਤੌਰ ਦੇ ਉੱਤੇ ਇੱਕ ਵੱਡੀ ਚੁਣੌਤੀ ਹੈ। ਇੱਕ ਪਾਸੇ ਬੀਜੇਪੀ ਦਾ ਅਸੀਂ ਜ਼ਿਕਰ ਕਰ ਲੈਂਦੇ ਹਾਂ ਤਾਂ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਨਜ਼ਰ ਨਹੀਂ ਆ ਰਹੇ ਇਸ ਸਮੇਂ ਫੀਲਡ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਇੱਕ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਜ਼ਾਹਰ ਤੌਰ ਦੇ ਉੱਤੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਹੈਗੀ ਹੈ ਜੋ ਨਿਭਾਣੀ ਹੋਣੀ ਹੈ। ਬਿਲਕੁਲ, ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਨਿਭਾਣੀ ਪਏਗੀ। ਔਰ ਸਭ ਤੋਂ ਵੱਡੀ ਗੱਲ ਜਿਸ ਤਰੀਕੇ ਦੇ ਨਾਲ ਕਿਉਂਕਿ ਇਹ ਜਿਹੜਾ ਸਮਾਂ ਜਿਹੜਾ ਹੈਗਾ ਉਹਨੂੰ ਇਹ ਸਮਝਣਾ ਪਏਗਾ ਸਮਾਂ ਕਿਸ ਤਰੀਕੇ ਦਾ ਹੈ। ਸਭ ਤੋਂ ਪਹਿਲੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਪੰਚਾਇਤੀ ਚੋਣਾਂ ਹੈਗੀਆਂ ਨੇ, ਪੰਜਾਬ ਦੇ ਵਿੱਚ ਝੋਨੇ ਦੀ ਫਸਲ ਜਿਹੜੀ ਆ ਮੰਡੀਆਂ 'ਚ ਡਿੱਗਣੀ ਹੈਗੀ ਆ ਕਿ ਮੰਡੀਆਂ ਦੇ ਵਿੱਚ ਫਸਲ ਜਾਏਗੀ ਤਾਂ ਉਸ ਤੋਂ ਬਾਅਦ ਫਸਲ ਜਿਹੜੀ ਉਹ ਸ਼ੈਲਰਾਂ ਤੱਕ ਜਾਣੀ ਹੈ। ਸ਼ੈਲਰ ਮਾਲਕਾਂ ਦਾ ਆਪਣਾ ਇੱਕ ਨਵਾਂ ਅਲੱਗ ਤੋਂ ਮੁੱਦਾ ਚੱਲ ਰਿਹਾ, ਉਸ ਦੇ ਉੱਤੇ ਕਿਸ ਤਰੀਕੇ ਨਾਲ ਹੱਲ ਕੱਢਣੇ ਨੇ। ਉਸ ਤੋਂ ਦੂਜੇ ਨੰਬਰ 'ਤੇ ਗੱਲ ਕਰੀਏ ਤਾਂ ਹਰਿਆਣੇ ਦੀਆਂ ਚੋਣਾਂ ਸਿਰ ਦੇ ਉੱਤੇ ਨੇ, ਹਰਿਆਣੇ ਦੀ ਚੋਣਾਂ ਦੇ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਕਰਨਾ ਹੈ, ਕਿਸ ਤਰੀਕੇ ਨਾਲ ਪ੍ਰਚਾਰ ਕਰਨਗੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਹੈਗੀ ਹੈ। ਹੋਰ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਲਗਾਤਾਰ ਜਿਸ ਤਰੀਕੇ ਨਾਲ ਲਾਅ ਕਾਲਜ ਦੇ ਵੀ ਜਿਹੜਾ ਇੱਕ ਜਿਹੜਾ ਮਸਲਾ ਸੀਗਾ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪੀਟਲ ਦੇ ਵਿੱਚ ਬੈਠੇ ਬੈਠੇ ਫੋਨ ਦੇ ਉੱਤੇ ਗੱਲ ਕੀਤੀ, ਉਸ ਦੇ ਉੱਤੇ ਕਿਸ ਤਰੀਕੇ ਹੱਲ ਕੱਢਣੇ ਨੇ, ਉਸ ਦਾ ਕਿਤੇ ਨਾ ਕਿਤੇ ਮਸਲਾ ਇਸ ਵੇਲੇ ਹੈਗਾ, ਤੇ ਹੋਰ ਇਦਾਂ ਦੇ ਕਈ ਜਿਹੜੇ ਮਸਲੇ ਹੈਗੇ ਨੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਇਸ ਵਕਤ ਕਹਿ ਸਕਦੇ ਆ ਕਿ ਉਹਨਾਂ ਨੂੰ ਕੰਮ ਕਰਨਾ ਪਏਗਾ, ਸੁਹਿਰਦ ਨਜ਼ਰ ਆ ਰਹੇ ਨੇ। ਔਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਸੀ ਆਪਣੀ ਗੱਡੀ 'ਚ ਬੈਠੇ,
ਕਾਫੀ ਸਿਹਤਮੰਦ ਜਿਹੜੇ ਨੇ ਉਹ ਨਜ਼ਰ ਆ ਰਹੇ ਸੀਗੇ ਔਰ ਹੋ ਸਕਦਾ ਕਿ ਬਹੁਤ ਹੀ ਜਲਦ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਫੀਲਡ ਦੇ ਵਿੱਚ ਵੀ ਉਤਰਨ, ਪਰ ਡਾਕਟਰਾਂ ਦੀ ਕਿਸ ਤਰੀਕੇ ਨਾਲ ਸਲਾਹ ਰਹੇਗੀ ਉਸਨੂੰ ਜਿਹੜਾ ਕਿਤੇ ਨਾ ਕਿਤੇ ਮੱਦੇਨਜ਼ਰ ਜ਼ਰੂਰ ਰੱਖਣਾ ਪਏਗਾ। ਬਿਲਕੁਲ, ਜੇਕਰ ਝਲਕ ਦੀ ਗੱਲ ਕਰੀਏ, ਸਾਹਿਲ ਤਾਂ ਕਾਲੇ ਰੰਗ ਦੀ ਟੀ ਸ਼ਰਟ ਜਿਹੜੀ ਪਾਈ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ, ਔਰ ਦਸਤਾਰ ਜਿਹੜੀ ਉਸ ਸਮੇਂ ਦੇ ਉੱਤੇ ਨਹੀਂ ਸੀ ਬੰਨੀ ਹੋਈ, ਕੈਪ ਜਿਹੜੀ ਆ ਉਹ ਪਾਈ ਹੋਈ ਸੀਗੀ ਉਸ ਸਮੇਂ ਦੇ ਉੱਤੇ, ਤਾਂ ਜ਼ਾਹਰ ਤੌਰ ਦੇ ਉੱਤੇ ਸਿਹਤ ਨੂੰ ਧਿਆਨ ਦੇ ਰੱਖਦੇ ਹੋਏ ਕੰਫਰਟੇਬਲ ਚੀਜ਼ ਨੂੰ ਰੱਖਦੇ ਹੋਏ। ਬਿਲਕੁਲ, ਜਿਸ ਤਰੀਕੇ ਦੇ, ਕਿਉਂਕਿ ਜਦੋਂ ਕੋਈ ਵੀ ਇਨਸਾਨ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਤਾਂ ਹਸਪਤਾਲ ਦੇ ਵਿੱਚ ਜਿਹੜਾ ਹੈ ਹਰ ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਉਸੇ ਪੋਜੀਸ਼ਨ ਦੇ ਵਿੱਚ ਰੱਖਦਾ, ਤਾਂ ਕਿ ਕਿਉਂਕਿ ਜਦੋਂ ਹਸਪਤਾਲ ਦੇ ਵਿੱਚ ਕੋਈ ਵੀ ਵਿਅਕਤੀ ਦਾਖਲ ਹੁੰਦਾ ਤਾਂ ਉਸਦੇ ਵਿੱਚ ਕਿਸ ਤਰੀਕੇ ਨਾਲ ਦਵਾਈਆਂ ਜਾਣੀਆਂ ਨੇ, ਡ੍ਰਿਪਾਂ ਲੱਗਣੀਆਂ ਨੇ, ਤਾਂ ਕੱਪੜੇ ਉਸੇ ਹਿਸਾਬ ਨਾਲ ਹੀ ਪਾਏ ਜਾਂਦੇ ਨੇ। ਸੋ ਉਸੇ ਦੇ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਕ ਟੀ ਸ਼ਰਟ ਦੇ ਵਿੱਚ ਨਜ਼ਰ ਆਏ, ਤੁਸੀਂ ਦੇਖ ਸਕਦੇ ਕੈਜੂਅਲ ਟੀ ਸ਼ਰਟ ਦੇ ਵਿੱਚ ਨਜ਼ਰ ਆਏ ਨੇ, ਔਰ ਜਿਹੜਾ ਹੈ ਹੁਣ ਜੋ ਅਸਲ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਲੋਕਾਂ ਨੇ ਦੇਖਿਆ ਹੋਇਆ, ਹੋ ਸਕਦਾ ਕਿ ਕੁਝ ਦਿਨਾਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਉਸੇ ਪਹਿਰਾਵੇ ਦੇ ਵਿੱਚ ਫੇਰ ਤੋਂ ਨਜ਼ਰ ਆਉਣ, ਔਰ ਹੋ ਸਕਦਾ ਕਿ ਇੱਕ ਮੈਸੇਜ ਜਿਸ ਤਰੀਕੇ ਨਾਲ ਅੱਗੇ ਵੀ ਦੇਖਿਆ ਜਾਂਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੀਡੀਓ ਮੈਸੇਜ ਜਿਹੜਾ ਉਹ ਜ਼ਰੂਰ ਪੰਜਾਬ ਦੇ ਲੋਕਾਂ ਲਈ ਜਾਰੀ ਕਰਦੇ ਨੇ, ਹੋ ਸਕਦਾ ਕਿ ਇੱਕ ਵੀਡੀਓ ਮੈਸੇਜ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਿਹਤ ਨੂੰ ਲੈ ਕੇ ਜਾਰੀ ਕਰਦੇ ਹੋਏ ਨਜ਼ਰ ਆ ਸਕਦੇ ਨੇ। ਬਿਲਕੁਲ, ਜ਼ਾਹਰ ਤੌਰ ਦੇ ਉੱਤੇ ਇਸ ਸਮੇਂ ਦੇ ਉੱਤੇ ਵੀ ਜੇਕਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੀ, ਪੂਰੀ ਸੁਰੱਖਿਆ ਦੇ ਨਾਲ ਜਿਹੜਾ ਹੈ ਮੁੱਖ ਮੰਤਰੀ ਦੀ ਰਿਹਾਇਸ਼ ਵਾਲੇ ਕਾਫਲਾ ਚੱਲਿਆ ਸਾਹਿਬ। ਬਿਲਕੁਲ, ਜਿਸ ਤਰੀਕੇ ਦੇ ਨਾਲ ਜੋ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਹੈ ਉਸੇ ਪ੍ਰੋਟੋਕਾਲ ਦੇ ਨਾਲ ਜਿਹੜਾ ਇੱਥੇ ਸੁਰੱਖਿਆ ਜਿਹੜੀ ਹੈ ਸਭ ਤੋਂ ਪਹਿਲਾਂ ਲਗਾਈ ਗਈ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਡਿਸਚਾਰਜ ਦੀ ਖਬਰ ਬਾਹਰ ਆਈ ਤਾਂ ਪ੍ਰੋਟੋਕਾਲ ਸੈੱਟ ਕੀਤਾ ਗਿਆ, ਪ੍ਰੋਟੋਕਾਲ ਸੈੱਟ ਕਰਕੇ ਰੂਟ ਲਗਾਇਆ ਗਿਆ, ਰੂਟ ਲਗਾ ਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਆਪਦੇ ਗੱਡੀਆਂ ਦੇ ਕਾਫਲੇ ਵਿੱਚ, ਜਿਸ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਸੁਰੱਖਿਆ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਹੈ ਉਹ ਸੁਰੱਖਿਆ ਨਾਲ ਹੁੰਦੀ ਹੈ। ਲੈਂਡ ਕਰੂਜ਼ਰ ਗੱਡੀ ਜਿਹੜੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਨਜ਼ਰ ਆਉਂਦੇ ਨੇ ਉਹੀ ਗੱਡੀ ਇਸ ਵਕਤ ਨਜ਼ਰ ਆਈ, ਔਰ ਜਿਹੜੀ ਜੈਮਰਸ ਦੀ ਗੱਡੀ ਜਿਹੜੀ ਹੁੰਦੀ ਹੈ, ਸੋ ਹਰ ਇੱਕ ਚੀਜ਼ ਜਿਹੜੀ ਹੈ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਦੇ ਵਿੱਚ ਨਜ਼ਰ ਆਈ, ਜੋ ਕਿ ਜਿਸ ਤਰੀਕੇ ਦੇ ਨਾਲ ਇੱਕ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਇੱਕ ਪ੍ਰੋਟੋਕਾਲ ਦੇ ਤਹਿਤ ਹੁੰਦੀ ਹੈ, ਉਹ ਸਾਰਾ ਪ੍ਰੋਟੋਕਾਲ ਜਿਹੜਾ ਇੱਥੇ ਫੋਲੋ ਹੁੰਦਾ ਹੋਇਆ ਜ਼ਰੂਰ ਨਜ਼ਰ ਆਇਆ। ਬਿਲਕੁਲ ਠੀਕ ਹੈ ਸਾਹਿਲ, ਧੰਨਵਾਦ ਸਾਰੀ ਜਾਣਕਾਰੀ ਦੇ ਲਈ। ਤਾਂ ਇਸ ਸਮੇਂ ਦੇ ਉੱਤੇ ਪ੍ਰੋਟੋਕਾਲ ਜਿਹੜਾ ਫੋਲੋ ਕੀਤਾ ਗਿਆ, ਔਰ ਇਸ ਦੇ ਨਾਲ ਹੀ ਸਾਹਿਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਸਿਹਤਯਾਬ ਕਿਤੇ ਨਾ ਕਿਤੇ ਨਜ਼ਰ ਆ ਰਹੇ ਸੀਗੇ, ਤੰਦਰੁਸਤ ਹੁਣ ਨਜ਼ਰ ਆ ਰਹੇ ਸੀਗੇ, ਕਿਉਂਕਿ ਬੀਤੇ ਦਿਨ ਵੀ ਜਦੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਟ੍ਰੀਟਮੈਂਟ ਨੂੰ ਹੁਣ ਪੋਜ਼ਿਟਿਵ ਰਿਸਪੋਂਸ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਡੀ ਕਰ ਰਹੀ ਹੈ, ਔਰ ਐਂਟੀਬਾਇਓਟਿਕਸ ਦੇ ਉੱਤੇ ਉਹਨਾਂ ਨੂੰ ਲਗਾ ਦਿੱਤਾ ਗਿਆ ਹੈ, ਔਰ ਇਸੇ ਦੇ ਨਾਲ ਇਹ ਵੀ ਜ਼ਿਕਰ ਸੀਗਾ ਕੱਲ੍ਹ ਤੋਂ ਹੀ ਕਿ ਜਲਦ ਹੀ ਛੁੱਟੀ ਵੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਜਾ ਸਕਦੀ ਹੈ।